ਲੈ ਭਾਈ ਇਹ ਕਹਾਣੀ ਮੈਂ ਸੁਣਾਉਂ ਅਦਬ ਚਾਲੂ ਸ਼ੇਰ ਖਾਨ ਪ੍ਰਿਥੀ ਸਿੰਘ ਦੀ ਜਿੱਥੋਂ ਉਹ ਨਿਸ਼ਾਨੀਆਂ ਲੈ ਕੇ ਆਈ ਆ ਠੱਗਣੀ ਉੱਥੋਂ ਸ਼ੁਰੂ ਕਰਦੇ ਆਪਾਂ। ਸ਼ੇਰ ਖਾਨ ਵਜ਼ੀਰ ਸੀਗਾ, ਪ੍ਰਿਥੀ ਸਿੰਘ ਫੌਜਦਾਰ ਸੀਗਾ। ਉਹ ਸ਼ੇਰ ਖਾਨ ਇੱਕ ਰਾਜੇ ਦੇ ਰਹਿੰਦੇ ਸੀਗੇ ਦੋਨੇ ਜਣੇ। ਪ੍ਰਿਥੀ ਸਿੰਘ ਨੂੰ ਮਾਣ ਸੀਗਾ ਵੀ ਮੇਰੀ ਔਰਤ ਸਹੀ ਹੈ ਚਾਰੇ ਪੱਲਿਆਂ ਤੋਂ। ਉਹ ਰੋਜ਼ ਤੋਂ ਗੱਲਾਂ ਕਰਿਆ ਕਰਨਾ ਆਵਿਜ ਦੀ, ਸ਼ੇਰ ਖਾਨ ਘਾਬਰ ਗਿਆ। ਉਹ ਕਹਿੰਦਾ ਵੀ ਦੁਨੀਆਂ ਦੇ ਉੱਤੇ ਸਭ ਕੁਛ ਹੈ, ਮਾਣ ਨਾ ਕਰ। ਕਹਿੰਦਾ ਨਹੀਂ ਮੈਨੂੰ ਮਾਣ ਆ ਬਈ, ਮੇਰਾ ਪਰਿਵਾਰ ਚਾਰੇ ਕੰਨਿਆਂ ਤੋਂ ਸਹੀ ਹੈ। ਉਹ ਕਹਿੰਦਾ ਫਿਰ ਠੀਕ ਹੈ ਜੇ ਮੈਂ ਘੁਮਾ ਦਿਆਂ ਫਿਰ ਮੰਨੀਏ। ਕਹਿੰਦਾ ਫਿਰ ਸਿਰ ਸਿਰ ਦੀ ਸ਼ਰਤ ਰੱਖ ਲਾ। ਉਹਨੇ ਸਭਾ ਦੇ ਵਿੱਚ ਸਿਰ ਸਿਰ ਦੀ ਸ਼ਰਤ ਲਾ ਲਈ ਪ੍ਰਿਥੀ ਸਿੰਘ ਨੇ ਸ਼ੇਰ ਖਾਨ ਨਾਲ। ਅਤੇ ਉਹਨੇ ਸੋਚਿਆ ਵੀ ਹੁਣ ਆਪਾਂ ਪਹੁੰਚੀਏ ਕਿਵੇਂ। ਆਉਣਾ ਜਾਣਾ ਕਰ ਲਿਆ ਸ਼ੇਰ ਖਾਨ ਨੇ ਪ੍ਰਿਥੀ ਸਿੰਘ ਦੇ ਘਰ, ਆਉਣਾ ਜਾਣਾ ਕਰਿਆ। ਜਦੋਂ ਉਹ ਭਾਈ ਹੁਣ ਚਾਹ ਪਾਣੀ ਪੁੱਛਿਆ ਕਰੋ, ਰੋਟੀ ਟੁੱਕ ਪੁੱਛਿਆ ਕਰੇ, ਪੱਲਾ ਕੱਢ ਕੇ ਰੱਖਿਆ ਕਰੇ ਘੁੰਡ ਛਿੱਟ ਕੇ। ਕੋਈ ਵੀ ਬੰਦਾ ਜਾਂਦਾ ਉਹ ਤਾਂ ਪਹਿਲੇ ਉਹ ਘੁੰਡ ਛਿੱਟ ਲੈਂਦੀ ਥੱਲੇ ਵੀ ਮੇਰਾ ਮੁੱਖ ਨਾ ਦੇਖ ਜੇ ਕੋਈ। ਉਹ ਭਾਈ ਸੋਚਿਆ ਉਹਨੇ ਵੀ ਇਹ ਤਾਂ ਨਹੀਂ ਚੱਲ ਉਟਾਉਣਾ ਕੰਮ। ਉਹਨੇ ਫਿਰ ਚਾਰ ਠੱਗਣੀਆਂ ਬੁਲਾ ਲਈਆਂ ਸ਼ੇਰ ਖਾਨ ਨੇ ਆਪਣੇ ਘਰਾਂ। ਚਾਰੇ ਠੱਗਣੀਆਂ ਨੂੰ ਕਹਿੰਦਾ ਵੀ ਐਂ ਕਰੋ ਵੀ ਤੁਸੀਂ ਕਿਵੇਂ ਕਿਵੇਂ ਠੱਗੀ ਮਾਰ ਸਕਦੇ ਹੋ ਮੈਨੂੰ ਦੱਸੋ। ਇੱਕ ਕਹਿੰਦੀ ਮੈਂ ਠੱਗੀ ਮਾਰ ਸਕਦੀ ਹਾਂ, ਕਿੱਡੀ ਕਹਿੰਦਾ ਕਹਾਉਂਦਾ ਰਾਜਾ। ਮੈਂ ਉਹਨੂੰ ਕਹਿੰਦੀ ਇੰਨੇ ਚਿਰ ਚ ਮੋਹ ਲੂੰਗੀ, ਇੰਨੇ ਚਿਰ ਚ ਕਿੱਡੀ ਰਾਜਾ 'ਚ ਸੱਚਾ। ਉਹ ਕਹਿੰਦਾ ਵੀ ਤੈਨੂੰ ਨਹੀਂ ਲੁੱਟਣੀ। ਦੂਜੇ ਨੂੰ ਕਹਿੰਦਾ ਵੀ ਤੂੰ ਕੀ ਕਰ ਸਕਦੀ ਹੈ। ਕਹਿੰਦੀ ਮੈਂ ਸਾਰੇ ਪਿੰਡ ਨੂੰ ਇੱਕ ਮੋਰੀ ਸਿੰਘਾ ਸਕਦੀ ਹਾਂ। ਕਹਿੰਦਾ ਤੂੰ ਵੀ ਨਹੀਂ ਠੀਕ ਹੋਣੀ। ਤੀਜੀ ਨੂੰ ਕਹਿੰਦਾ ਤੂੰ ਕੀ ਕਰ ਸਕਦੀ ਹੈ। ਕਹਿੰਦੀ ਮੈਂ ਅਸਮਾਨ 'ਚ ਬਰੀ ਕਰ ਸਕਦੀ ਹਾਂ। ਐਡੀ ਚੁਸਤ ਚਲਾ ਕੰਮ। ਉਹਨੇ ਆਖਿਆ ਵੀ ਗਲੀ ਤਾਂ ਕਰਨੀ ਸਿਕਾਲੀ ਹੈ। ਕਹਿੰਦਾ ਤੂੰ ਵੀ ਨਹੀਂ ਲੁੱਟਣੀ। ਚੌਥੀ ਨੂੰ ਕਹਿੰਦਾ ਤੂੰ ਕੀ ਕਰ ਸਕਦੀ ਹੈ। ਕਹਿੰਦੀ ਜਿੱਥੇ ਗਲੀ ਕਰੂ ਉੱਥੇ ਮੈਂ ਟਾਕੀ ਲਾ ਦੂੰਗਾ ਕਿ। ਕਹਿੰਦਾ ਫਿਰ ਟਾਕੀ ਵਾਲੀ ਚਾਹੀਦੀ ਮੈਨੂੰ। ਉਹਨੂੰ ਬੋਲਦਾ ਕਹਿੰਦਾ ਕੀ ਲੈਣਾ। ਕਹਿੰਦੀ ਜੀ ਕੰਮ ਦੱਸੋ। ਕਹਿੰਦਾ ਪ੍ਰਿਥੀ ਸਿੰਘ ਦੀ ਪਤਨੀ ਆ ਧਰ, ਬਹੁਤ ਉਹ ਹੈਗੀ, ਕਹਿੰਦਾ ਸੱਚੀ ਸੁੱਚੀ ਔਰਤ ਹੈ। ਕਰਨਾ ਉਹਦਾ ਨਾਂ। ਕਹਿੰਦੀ ਅੱਛਾ। ਕਹਿੰਦਾ ਉਹਦੇ ਸਰੀਰ ਦੇ ਦਾਗ ਦੇਖਣੇ ਨੇ, ਉਹਦੇ ਸਰੀਰ 'ਤੇ ਕੋਈ ਦਾਗ ਹੈਗਾ ਪਰ ਉਹੀ ਦੇਖਣਾ ਤੈਂ, ਹੋਰ ਨਹੀਂ ਕੋਈ ਦੇਖਣਾ। ਉਹ ਕਹਿੰਦੀ ਸੱਤ ਬਚਣਾ। ਠੱਗਣੀ ਨੇ ਕਰਤਾ ਕਿਰਨ ਮਾਈ ਕੋਲ ਆਉਣ ਜਾਣਾ। ਜਦੋਂ ਗਈ ਉਹ ਭਾਈ ਆ ਗਈ, ਜਾਇਆ ਕਰੇ ਕੰਮ ਧੰਦਾ ਕਰਾਇਆ ਕਰੇ ਪੂਰਾ, ਕਿ ਹੁਣ ਉਹਨੇ ਜਨਾਨੀ ਤੋਂ ਕੋਈ ਪੱਲਾ ਕਰਨਾ ਸੀ। ਉਹਨੇ ਹੌਲੀ ਹੌਲੀ ਗੱਲ ਉਹ ਕਰ ਚਲਾਈ। ਉਹਨੇ ਠੱਗਣੀ ਨੇ ਭਾਈ ਰੋਟੀਆਂ ਲਾਹ ਰਹੀਆਂ, ਇੱਕ ਮਿੱਠੀ ਇੱਕ ਲੂਣ ਵਾਲੀ ਇੱਕ ਫਿੱਕੀ। ਉਹ ਕਿਰਨ ਮਾਈ ਨੂੰ ਨਾ ਤਿੰਨੇ ਪ੍ਰਸ਼ਾਦੇ ਧਰਤੇ। ਜਦੋਂ ਮੈਂ ਪਹਿਲੀ ਰੋਟੀ ਖਾਧੀ ਫਿੱਕੀ ਉਹ ਤਾਂ ਅੱਗੇ ਵੀ ਖਾਂਦੀ ਤੀ, ਦੂਜੀ ਰੋਟੀ ਖਾਧੀ ਉਹ ਲੂਣ ਵਾਲੀ। ਠੱਗਣੀ ਕੋਲ ਬੈਠੀ ਆ, ਉਹਨੇ ਬੁਰਕੀ ਖਾ ਕੇ ਉਹਨੂੰ ਧਰਤੀ ਰੋਟੀ। ਜਦੋਂ ਤੀਜੀ ਰੋਟੀ ਚੱਕੀ ਉਹ ਤਾਂ ਮਿੱਠੀ ਖੰਡ ਵਾਲੀ ਲਾ ਲੈ, ਗੁੜ ਵਾਲੀ ਲਾ ਲੈ। ਉਹ ਕਹਿੰਦੀ ਕੁੜੇ ਗੱਲ ਕੀ ਹੈ ਇਹ। ਕਹਿੰਦੀ ਕਿਉਂ। ਕਹਿੰਦੀ ਤਿੰਨੇ ਰੋਟੀਆਂ ਦਾ ਸਵਾਦ ਅਲੱਗ ਅਲੱਗ ਹੈ। ਕਹਿੰਦੀ ਅਸੀਂ ਉੱਪਰੇ ਪਰਾਂ ਦਾ ਸਵਾਦ ਅਲੱਗ ਅਲੱਗ ਹੈ। ਕਹਿੰਦੀ ਕਿਵੇਂ। ਕਹਿੰਦੀ ਜਿਹੜੀ ਤਾਂ ਫਿੱਕੀ ਰੋਟੀ ਖਾਧੀ ਹੈ ਇਹ ਤਾਂ ਆਪਦੇ ਆ ਜਿਹਨੂੰ ਵਿਆਹੀ ਆ ਉਹ ਸਵਾਦ ਹੈ। ਕਹਿੰਦੀ ਅੱਛਾ। ਜਿਹੜੀ ਆਹ ਖਾਧੀ ਹੈ ਤਾਂ ਲੂਣ ਵਾਲੀ ਬੁਰਕੀ ਖਾਧੀ ਹੈ ਇਹ ਉਸ ਤਰ੍ਹਾਂ ਦਾ ਉਹ। ਕਹਿੰਦੀ ਜਿਸ ਤਰ੍ਹਾਂ ਦਾ ਲੂਣ ਖਾਧਾ ਤੈਂ। ਜੇ ਕਹਿੰਦੀ ਪਰਾਇਆ ਬੰਦਾ ਹੋਵੇ ਤਾਂ ਉਹਨੂੰ ਖੰਡ ਵਾਂਗੂ ਮਿਠਾਸ ਹੁੰਦਾ ਹੈ। ਕਿਰਨ ਮਾਈ ਕਹਿੰਦੀ ਵੀ ਮੈਂ ਨਹੀਂ ਇਹ ਗੱਲ ਕਰਨੀ ਜਿਹੜੀ ਤੂੰ ਕਰਦੀ ਹੈ। ਉਹਨੇ ਸੋਚਿਆ ਐਂ ਵੀ ਨਹੀਂ ਲੁੱਟ ਆਉਂਦੀ। ਠੱਗਣੀ ਨੇ ਹੁਣ ਠੱਗਣੀ ਨੇ ਉਹਨੇ ਸਿਰ ਦੀ ਸ਼ਰਤ ਲਾਈ ਤੀ ਸ਼ੇਰ ਖਾਨ ਨੇ ਵੀ ਜੇ ਨਾ ਇਹ ਕੰਮ ਕਰਿਆ ਤਾਂ ਮੈਂ ਤੇਰਾ ਸਿਰ ਕਤਲ ਕਰੂੰ। ਹੁਣ ਠੱਗਣੀ ਉਦੋਂ ਡਰਦੀ ਹੈ। ਠੱਗਣੀ ਕਹਿੰਦੀ ਫਿਰ ਐਂ ਕਰਾਂ, ਚਲੋ ਤਾਂ ਛੱਡ ਜੇ ਨਹੀਂ ਤਾਂ ਕੁਛ ਕਰਨਾ। ਪਰ ਕਹਿੰਦੀ ਇੱਕ ਗੱਲ ਐਂ ਆ, ਨਹਾਉਣ ਦਾ। ਉਹ ਕਹਿੰਦੀ ਕਿਵੇਂ। ਉਹ ਕਹਿੰਦੀ ਚਲ ਆਇਆ ਤਾਂ ਠੀਕ ਹੈ। ਹੁਣ ਉਹਨੇ ਦੇਖਣੇ ਸੀ ਦਾਗ ਪਿੰਡੇ ਦੇ, ਕਿਰਨ ਮਾਈ ਦੇ ਖੱਬੇ ਪੱਟ 'ਤੇ ਦਾਗ ਲਾਹਣ ਦਾ ਤੀ।
ਸਾਤੀ ਤੇ ਤੈਂਤੀ ਤੇ ਤਿੰਨ ਨਿਸ਼ਾਨੀਆਂ ਤੀ ਕਿਰਨ ਮਾਈ ਦੀ ਉਹਨੇ ਤਿੰਨੋਂ ਹੀ ਦੇਖ ਲਈਆਂ ਜਾ ਕੇ ਸ਼ੇਰ ਖਾਨ ਨੂੰ ਕਹਿੰਦੀ ਵੀ ਮੈਂ ਨਿਸ਼ਾਨੀਆਂ ਦੇਖੀ ਕਹਿੰਦਾ ਕਿਵੇਂ ਕਹਿੰਦਾ ਕਹਿੰਦੀ ਖੱਬੇ ਪੱਟ 'ਤੇ ਦਾਗ ਲਾ ਹੁੰਦਾ ਅਤੇ ਸਾਤੀ 'ਤੇ ਉਹਦੇ ਤਿਣ ਅਤੇ ਧੁੰਨੀ 'ਤੇ ਉਹਦੇ ਤਾਰ ਹੈ ਤਾਰਾਂ ਅਤੇ ਉਹ ਕਹਿੰਦੀ ਵੀ ਕਹਿੰਦਾ ਬਸ ਆਹੀ ਕੰਮ ਕਰਨਾ ਤੀ ਹੁਣ ਜਦੋਂ ਕਹਿੰਦਾ ਵੀ ਕਿਉਂ ਭਾਈ ਰਾਜੇ ਨੇ ਪੁੱਛਿਆ ਵੀ ਤੁਹਾਡੀ ਸ਼ਰਤ ਲੱਗੀ ਤੀ ਤੇਰਾ ਫੈਸਲਾ ਸਮਾਂ ਤੇਰਾ ਪੂਰਾ ਹੋ ਗਿਆ ਸ਼ੇਰ ਖਾਨ ਦੱਸ ਉਹ ਕਹਿੰਦਾ ਜੀ ਬੁਲਾ ਲਓ ਪ੍ਰਿਥੀ ਸਿੰਘ ਨੂੰ ਜਦੋਂ ਬੁਲਾਇਆ ਕਹਿੰਦਾ ਲੈ ਪ੍ਰਿਥੀ ਸਿੰਘ ਸੱਚ ਬੋਲੀ ਝੂਠ ਨਾ ਬੋਲੀ ਕਹਿੰਦਾ ਨਾ ਸੱਚ ਬੋਲੂ ਕਹਿੰਦਾ ਜਿਹੜੀ ਤੈਨੂੰ ਮੈਂ ਗੱਲ ਕਹੀ ਤੀ ਤੂੰ ਹਰ ਗਿਆ ਕਹਿੰਦਾ ਦੱਸ ਕਹਿੰਦਾ ਖੱਬੇ ਪੱਟ 'ਤੇ ਦਾਗ ਲਾਹੁਣ ਦਾ ਹੁਣ ਜਿਹੜਾ ਪੱਟ ਆਹ ਚੀਜ਼ ਹੈ ਇਹ ਔਰਤ ਆਪਦੇ ਬੰਦੇ ਨੂੰ ਦਿਖਾ ਸਕਦੀ ਦੂਜੇ ਨੂੰ ਦਿਖਾਉ ਕਹਿੰਦਾ ਖੱਬੇ ਪੱਟ 'ਤੇ ਦਾਗ ਲਾਹੁਣ ਦਾ ਸਾਤੀ 'ਚ ਤਿਣ ਹੈ ਅਤੇ ਧੁੰਨੀ 'ਤੇ ਤਿਲਕ ਹੈ ਕਹਿੰਦਾ ਜਾ ਕੇ ਦੇਖ ਚੱਲੇ ਨਿਸ਼ਾਨੀਆਂ ਹੈਗੀਆਂ ਨੇ ਜਦੋਂ ਵੀ ਸ਼ੇਰ ਖਾਨ ਨੇ ਆ ਕੇ ਉਹਨੇ ਪ੍ਰਿਥੀ ਸਿੰਘ ਨੇ ਦੇਖਿਆ ਨਿਸ਼ਾਨੀਆਂ ਹੈਗੀਆਂ ਇਹਦੀਆਂ ਉਹ ਕਹਿੰਦਾ ਵੀ ਰਾਣੀ ਉਹਨੂੰ ਕਹਿੰਦਾ ਕਰਨ ਨੂੰ ਕਹਿੰਦੀ ਹਾਂ ਕਹਿੰਦਾ ਅੱਜ ਤਾਂ ਮੇਰਾ ਸਿਰ ਕਤਲ ਕਰਾਤਾ ਕਹਿੰਦੀ ਕਿਉਂ ਕਹਿੰਦਾ ਮੈਨੂੰ ਤੇਰੇ 'ਤੇ ਰਾਮ ਮਾਣ ਸੀਗਾ ਵੀ ਤੇਰੇ ਵਰਗੀ ਦੁਨੀਆਂ 'ਤੇ ਨਾ ਬਣਨੀ ਹੈ ਨਾ ਬਣੀ ਉਹ ਕਹਿੰਦੀ ਗੱਲ ਸੁਣੋ ਜੀ ਮੇਰੀ ਬਣਦੀ ਵੀ ਨਹੀਂ ਬਣੀ ਵੀ ਨਹੀਂ ਬਣ ਸਕਦੀ ਵੀ ਨਹੀਂ ਕਹਿੰਦਾ ਵੀ ਸ਼ੇਰ ਖਾਨ ਸ਼ਰਤ ਲਾਈ ਤੀ ਮੇਰੀ ਨਾ ਕਚਹਿਰੀਆਂ 'ਚ ਸਭਾ 'ਚ ਰਾਜੇ ਦੀ ਕਚਹਿਰੀ 'ਚ ਬੈਠ ਕੇ ਉਹ ਸ਼ਰਤ ਜਿੱਤ ਗਿਆ ਤਿੰਨ ਨਿਸ਼ਾਨੀਆਂ ਉਤਰੇ ਦੇਖ ਗਿਆ ਉਹ ਕਹਿੰਦੀ ਨਾ ਜੀ ਲੈਣਾ ਨਾ ਦੇਣਾ ਕਹਿੰਦਾ ਉਹ ਕੋਈ ਨਹੀਂ ਮੰਨਦਾ ਇਹ ਚੀਜ਼ ਨੂੰ ਜਦੋਂ ਮੈਨੂੰ ਸੱਚ ਦੱਸਣਾ ਪੂਜਾ ਕੇ ਤਾਂ ਮੇਰਾ ਸੀਸ ਕਤਲ ਕਰੂਗਾ ਉਹ ਕਹਿੰਦੀ ਚੰਗਾ ਜੀ ਜਾਓ ਮੈਂ ਗਿਆ ਉਹਨੇ ਵੀ ਕਿਰਨ ਮਾਈ ਫਿਰ ਹੁਸ਼ਿਆਰ ਸੀਗੀ ਉਹਨੇ ਇੱਕ ਪਿੰਡ ਦਾ ਫਿਰ ਠੱਗ ਖਰੀਦਿਆ ਕਹਿੰਦੀ ਵੀ ਜਿਸ ਵਕਤ ਉੱਥੇ ਰਾਜ ਹਾਕ ਪਊਗੀ ਸਿਰ ਦੀ ਵੀ ਤੈਂ ਕਹਿੰਦਾ ਵੀ ਸਿਰ ਮੈਂ ਦਊਂਗਾ ਪ੍ਰਿਥੀ ਸਿੰਘ ਤੱਕ ਜਾਖਣ ਕੀ ਗੱਲ ਵੀ ਜਿਹੜੀ ਚੀਜ਼ ਕਹਿ ਰਹੇ ਹੋ ਤੁਸੀਂ ਜੇ ਹੋਵੇ ਤਾਂ ਸਿਰ ਮੈਂ ਦਊਂਗਾ ਕਹਿੰਦਾ ਗੱਲ ਕੀ ਹੈ ਕਹਿੰਦੀ ਗੱਲ ਆ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਹੁਣ ਭਾਈ ਜਦੋਂ ਉੱਥੇ ਕਚਹਿਰੀ ਲੱਗ ਗਈ ਰਾਜੇ ਦੀ ਵੀ ਲੈ ਪ੍ਰਿਥੀ ਸਿੰਘ ਸੱਚ ਦੱਸੂ ਭਾਈ ਉਹਨੇ ਪ੍ਰਿਥੀ ਸਿੰਘ ਨੂੰ ਪੁੱਛਿਆ ਰਾਜੇ ਨੇ ਉਹ ਕਹਿੰਦਾ ਜੀ ਸੱਚ ਹੈ ਕਹਿੰਦਾ ਕਿਉਂ ਕਹਿੰਦਾ ਖੱਬੇ ਪੱਟ 'ਤੇ ਦਾਗ ਲਾਹਣਦਾ ਸਾਤੀ 'ਤੇ ਤਿਣ ਹੈ ਅਤੇ ਧੁੰਨੀ 'ਤੇ ਤਿਲਕ ਹੈ ਇਹ ਗੱਲਾਂ ਤਿੰਨੇ ਸੱਚ ਨੇ ਕਹਿੰਦਾ ਵੀ ਕਿਉਂ ਸ਼ੇਰ ਖਾਨ ਜਿੱਤ ਗਿਆ ਕਹਿੰਦਾ ਹਾਂਜੀ ਜਿੱਤ ਗਿਆ ਕਹਿੰਦਾ ਲੈ ਭਾਈ ਤੇਰਾ ਫਿਰ ਸਮਾਂ ਲੈ ਲਿਆ ਕਿਹੜਾ ਲੈਣਾ ਹੱਥੋਂ ਕਹਿੰਦਾ ਸਮੇਂ ਨੂੰ ਕੀ ਹੈ ਜੀ ਜੋ ਸਰਤੀ ਜਿੱਤ ਗਿਆ ਸਮਾਂ ਇਹ ਕਾਹਦਾ ਹੁੰਦਾ ਤਾਂ ਰਾਜੇ ਨੇ ਭਾਈ ਉਹਨੂੰ ਕਿਹਾ ਕਹਿੰਦਾ ਮੈਂ ਸਮਾਂ ਦਿੰਦਾ ਤੈਨੂੰ ਚੌਵੀ ਘੰਟਿਆਂ ਦਾ ਸਮਾਂ ਦਿੰਦਾ ਮੈਂ ਤੈਨੂੰ ਕਹਿੰਦਾ 24 ਘੰਟਿਆਂ ਦੇ ਵਿੱਚ ਤੈਂ ਕੋਈ ਆਪਦਾ ਸਾਣ ਬਾਣੀ ਕਰਨੀ ਆ ਤਾਂ ਕਰ ਲੈ ਉਹ ਕਹਿੰਦਾ ਜੀ ਤੁਸੀਂ ਦੇ ਦਿਓ ਮੈਂ ਤਾਂ ਨਹੀਂ ਮੰਗਦਾ ਸਮਾਂ ਤਾਂ ਪਤਾ ਲੱਗ ਗਿਆ ਪ੍ਰਿਥੀ ਸਿੰਘ ਘਰ ਆਇਆ ਉਹ ਕਹਿੰਦੀ ਜੀ ਕੀ ਫੈਸਲਾ ਹੋਇਆ ਉਹ ਬੋਲਿਆ ਨਾ ਉਹ ਕਹਿੰਦਾ ਫੈਸਲਾ ਕਹਿੰਦਾ ਜਦੋਂ ਸਰਤੀ ਹਰ ਗਿਆ ਮੈਂ ਤੂੰ ਕਹਿੰਦਾ ਅਸਲੀ ਹੋਏ ਨਹੀਂ ਔਰਤ ਕਹਾਉਣ ਦੇ ਹੱਕਦਾਰ ਉਹ ਕਹਿੰਦੀ ਮੈਂ ਔਰਤਾਂ ਰਹਿੰਦੀ ਦੁਨੀਆਂ ਤੱਕ ਰਹੂੰ ਮੇਰਾ ਨਾਂ ਚੱਲੂ ਮੈਂ ਆਪਦੇ ਬਰਮਾ ਤੋਂ ਨਹੀਂ ਭਾਵੀ ਕੋਈ ਕੁਛ ਕਹੀ ਚੱਲੇ ਉਹ ਕਹਿੰਦਾ ਫਿਰ ਗੱਲ ਦੱਸ ਵੀ ਇਨਸਾਨ ਤੈਨੂੰ ਕਿਵੇਂ ਦੇ ਗਿਆ ਉਹ ਕਹਿੰਦੀ ਜੀ ਆਈ ਤੀ ਠੱਗਣੀ ਆਈ ਤੀ ਅਤੇ ਆਪਾਂ ਸ਼ਰਤ ਤੁਸੀਂ ਦਿਓ ਸ਼ਰਤ ਵਾਲਾ ਉੱਥੇ ਤੁਰ ਕੋਈ ਬੰਦਾ ਪਹੁੰਚੋ ਜਿਵੇਂ ਉਹਨੇ ਠੱਗਣੀ ਮੇਰੇ ਤੋਰੀ ਹੈ ਉਵੇਂ ਜਿਕਰੀ ਠੱਗ ਮੈਂ ਤੁਰੂੰ ਤੁਸੀਂ ਆਪਦੀ ਸ਼ਰਤ 'ਤੇ ਪੂਰੇ ਰਹੋ ਕਹਿੰਦਾ ਚੰਗਾ ਉਹਨੇ ਭਾਈ ਫਿਰ ਜੋ ਸ਼ਰਤ ਦਾ ਸਮਾਂ ਆ ਗਿਆ ਦਿਨ ਆ ਗਿਆ ਉਹ ਟਾਈਮ ਆ ਗਿਆ ਅਤੇ ਉਹ ਸ਼ੇਰ ਖਾਨ ਕਹਿੰਦਾ ਵੀ ਲੈ ਭਾਈ ਪ੍ਰਿਥੀ ਸਿੰਘ ਸਮਾਂ ਹੋ ਗਿਆ ਕਹਿੰਦਾ ਹਾਂਜੀ ਹਾਂ ਹੋ ਗਿਆ ਮੇਰਾ ਤਾਂ ਉੱਧਰ ਹੀ ਹੈ ਅਤੇ ਕਹਿੰਦਾ ਲੈ ਆਵਾਜ਼ ਮਾਰ ਲੈ ਜੇ ਤੇਰੀ ਸਾਹਮਣੇ ਕੋਈ ਸਿਰ ਹੋਰ ਦੂੰਗਾ ਸ਼ੇਰ ਖਾਨ ਕਹਿੰਦਾ ਤਾਂ ਕਹਿੰਦਾ ਮੈਂ ਤੈਨੂੰ ਸਿਰ ਛੱਡ ਦੂੰ ਕਹਿੰਦਾ ਮੈਂ ਸਿਰ ਕੋਈ ਛੜਾਊਂਗਾ ਕਹਿੰਦਾ ਨਾ ਉਹਨੇ ਕਿਹਾ ਜੀ ਉਹਦੇ ਕਰਨਾ ਨੇ
कि भी इत बार आवाज मार दी, मैं जाना तो मेरा कम जाने। क्योंकि भाई शेर खान ने वाया उन्हें पृथ्वी सिंह ने मारी आवाज भी, कोई मेरी मदद कर सकता है, मेरी थामे सिर दे सकता है। तो जो ठग तो रहा थी वो कहना जी मैं तू सर, कहना सर तू सिर दे, कहना हाँ, कह तू कह तो देना सिर, कहना दुनिया जी ठगा दी है। राजे नू कहना हाँ, कहना क्यों, कहना मैं भी सिरे का ठगे, मैं पृथ्वी सिंह के सामने क्यों सिर दिने। कहना की गल, कहना जिसे लुट शेर खान ने पृथ्वी सिंह की औरत दे जिसम ते इंसान लेते ने उस लुटी, कहना मैं सिर दूंगा। कहना क्यों, कहना खड़ा शेर खान क्यों बई, शेर खान सिर कट्टने, सिर तां कट्टी जे जिसम तू देख के आ। क्यों भाई, कहना कि भी भिखा पै गया कि हूँ जो जमीन नहीं देखा मैं। वो कहना पृथ्वी सिंह की पत्नी यही जी है, मर्द नू देख के रजना वो मुख नहीं दिखाती, पल्ला छिड़दी है, पैर का बूठा नहीं दिखने दी, तू कहना जिसम देखा। वो कहना साढ़े पिंड के बंदे तो साढ़े नगर के बंदे तो पुछ लो जिन्हों मर्जी, पर कहना ये तो जरूर मैं पुछना सिर मैं दूँ, पर सिर मैं तां दूँ सिर खान जे मैनू असली रूप लिया दिखाएगा। उन्हें डाल लिया भाई बयाना चा शेर खान, फिर कहना जी मैं तो नहीं जिसम देखा, पर कहना मैं ठगनी देखी है, ठगनी तुरी थी मैं। वो कहना फिर ऐ कर भाई सिर यह ठगनी दूगी पृथ्वी सिंह, फिर उन्हें बचाया करन मां ने माता ने, जो जाके कचहरी के खड़ गई पहने हा बुरका तो पैर दे गूठा भी नंगा। राजे ने कहना भी औरत कौन खड़ी है, वो ठग कहना जी कोई हुई कचहरी है कोई भी आ सकता है। कहना ना जी पता देखनी है औरत कौन है। कहना जी एक बंदा देख सकता जरा सच्चा है। कहना लाए शेर खान तू जो सच्चा ना तू मुख देख सकता। वो कहना जी मैं नहीं सच्चा है। कहना क्यों, कहना मैं बिल्कुल ठगनी तुरी दी है, ठगनी ने भनमाया करन माई उन सार देख के मैं दसे ने ते आ गल है। वो कहना फिर ऐ कर भाई ठगनी बुलाओ, क्योंकि भी राजे ने ठगनी बुलाई। वो ठगनी कहना भी जिहड़ा काम तैं करिया पाप तू तो बख्शन दे योग है नहीं। ठग नूं कहना भाई तू फिर हुण आप जाला दा चला ते साडे सामने चला। उन्हें फिर हड चक्की कृपान पृथ्वी सिंह की, पृथ्वी सिंह की कृपान चक्की उन्हें ठग ने चाके पृथ्वी सिंह की कृपान करन मां नूं जा फड़ाई। क्योंकि ठगनी रहती बन, क्योंकि करन मां ने जब मारी टोटन च धरके फिर उन्हें बुरका चक्या, कहिंदी जरा मैं आ करना पृथ्वी सिंह की पत्नी अज कहिंदी सभा दे विच मैं सिर चक्या पल्ला चक्या नहीं, कहिंदी मैं पल्ला नहीं चक्या मेरे बंदा तक की पहुंचू, कहिंदी मेरे लवे सिर्फ मेरा पृथ्वी सिंह राजा है होर नहीं कोई राजा। कट दे